ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਡਗਰੂ ਤਹਿਸੀਲ ਜ਼ਿਲ੍ਹਾ ਜਿਹੜਾ ਦੋਸਤੋ ਇਸ ਪਿੰਡ ਤੋਂ ਮੋਗਾ ਲੱਗਦਾ ਸਰਪੰਚ ਸੁਖਦੇਵ ਸਿੰਘ ਹੋਣਾ ਦੇ ਘਰ ਦੋਸਤੋ ਖੜ੍ਹੇ ਹਾਂ ਅੱਜ ਇੱਕ ਮਾਲੀ ਵਿਕਾਊ ਆ ਦੋਸਤੋ ਮੋਹਰਾ ਬਰੀਡ ਦਾ ਇੱਕ ਮਾਲੀ ਵਿਕਾਊ ਆ ਬਿਲਕੁਲ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਣੀ ਆ ਇਸ ਮਾਲੀ ਦੀ ਓਨਰ ਸਰਦਾਰ ਸੁਖਦੇਵ ਸਿੰਘ ਹੋਣਾ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਜਾਂਗੇ ਦੋਸਤੋ ਅਤੇ ਬਿਲਕੁਲ ਘਰ ਦਾ ਮਾਲੀ ਆ ਦੋਸਤੋ ਹੱਥੀ ਬਿਲਕੁਲ ਪਲਿਆ ਮਾਲੀ ਆ ਅਤੇ ਰਿਕਾਰਡ ਕਾਫੀ ਚੰਗਾ ਇਸ ਮਾਲੀ ਦਾ ਠੀਕ ਆ ਜੀ ਪੂਰੀ ਡਿਟੇਲ ਲੈ ਲਾਂਗੇ ਜਿਹੜੇ ਵੀਰ ਨੇ ਅੱਗੇ ਬਰੀਡ 'ਤੇ ਕੰਮ ਕਰਨਾ ਨਸਲ ਦੇ ਉੱਪਰ ਕੰਮ ਕਰਨਾ ਚਾਹੁੰਦੇ ਹੋ ਦੋਸਤੋ ਤਾਂ ਤੁਸੀਂ ਇਹ ਮਾਲੀ ਖਰੀਦ ਸਕਦੇ ਜੀ ਮੋਹਰਾ ਬਰੀਡ ਦਾ ਮਾਲੀ ਆ ਉਮਰ ਕਿੰਨੀ ਆ ਦੋਸਤੋ ਕੀ ਮੁੱਲ ਕੀ ਰੇਟ ਭਾਅ ਫੜਤਾ ਹੋਊਗਾ ਦੋਸਤੋ ਪੂਰੀ ਗੱਲਬਾਤ ਆਪਾਂ ਭਾਅ ਜੀ ਸੁਖਦੇਵ ਸਿੰਘ ਹੋਣਾ ਤੋਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਅਤੇ ਖਾਸ ਵਿਜ਼ਿਟ ਤੁਸੀਂ ਪਿੰਡ ਡਗਰੂ ਕਰਨੀ ਆ ਠੀਕ ਆ ਜੀ ਅੱਗੇ ਖਾਸ ਸ਼ੌਂਕ ਰੱਖਦਾ ਜਿਹੜਾ ਵੀਰ ਕੋਈ ਬਰੀਡ ਦੇ ਉੱਪਰ ਕੰਮ ਕਰਨ ਦਾ ਬਰੀਡ ਪਰਪਸ ਉੱਪਰ ਦੋਸਤੋ ਜਿਹੜਾ ਕੋਈ ਵੀਰ ਕੰਮ ਕਰਨਾ ਚਾਹੁੰਦਾ ਉਹ ਵੀਰ ਤੁਸੀਂ ਇਹ ਮਾਲੀ ਲੈ ਕੇ ਜਾ ਸਕਦੇ ਜੀ ਠੀਕ ਆ ਜੀ ਸੋ ਕਾਫੀ ਜਿਹੜੇ ਦੋਸਤੋ ਵੀਰਾਂ ਦਾ ਸ਼ੌਂਕ ਹੁੰਦਾ ਵੀ ਮੋਹਰਾ ਨਸਲ ਦੇ ਵਿੱਚ ਇੱਕ ਮਾਲੀ ਖਰੀਦ ਕੇ ਉਸ ਤੋਂ ਅੱਗੇ ਜਿਹੜਾ ਦੋਸਤੋ ਬਰੀਡ ਦੇ ਵਿੱਚ ਵਾਧਾ ਕਰੇ ਠੀਕ ਆ ਅਤੇ ਮਾਲੀ ਜਿਹੜਾ ਦੋਸਤੋ ਬਿਲਕੁਲ ਜੰਪ ਵੀ ਲਾਉਂਦਾ ਕਰੋਸ ਵੀ ਕਰਦਾ ਮੱਝਾਂ ਅਤੇ ਪੂਰੀ ਗੱਲਬਾਤ ਕਰ ਲੈਂਦੇ ਹਾਂ ਭਾਅ ਜੀ ਸੁਖਦੇਵ ਸਿੰਘ ਹੋਣਾ ਦੇ ਨਾਲ ਸਭ ਤੋਂ ਪਹਿਲਾਂ ਭਾਅ ਜੀ ਸੁਖਦੇਵ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਠੀਕ ਆ ਅੱਛਾ ਭਾਅ ਜੀ ਸੁਖਦੇਵ ਸਿੰਘ ਜੀ ਮਾਲੀ ਆਪਣੇ ਕੋਲ ਵਿਕਾਊ ਹੈ ਹਾਂਜੀ ਹਾਂਜੀ ਠੀਕ ਆ ਜੀ ਅਤੇ ਕੀ ਡਿਟੇਲ ਹੈ ਇਹਦੀ ਮਾਲੀ ਦੀ ਉਮਰ ਕਿੰਨੀ ਹੈ ਜੀ ਮਾਲੀ ਦੀ ਉਮਰ 3.75 ਸਾਲ ਹੈ ਜੀ 3.75 ਸਾਲ ਦੀ ਹਾਂਜੀ ਇਹ ਆਪਣੇ ਮਤਲਬ ਕੋਲ ਹੱਥੀ ਆਪਣੇ ਆਪ ਹੀ ਪਾਲਿਆ ਆਪਣੇ ਕੋਲ ਠੀਕ ਹੈ ਜੀ ਅਤੇ ਅੱਗੋਂ ਲੈ ਕੇ ਕਿੱਥੋਂ ਆਉਂਦਾ ਸੀ ਆਪਾਂ ਜੀ
ਕੁੰਗੜ ਪਿੰਡ ਸੀਗਾ ਜੀ ਹਰਿਆਣੇ 'ਚ, ਹਰਿਆਣੇ ਦੇ ਵਿੱਚ ਕੁੰਗੜ ਪਿੰਡ ਤੋਂ ਆਇਆ। ਹਾਂਜੀ, ਉੱਥੋਂ ਆਪਾਂ ਛੋਟਾ ਬੱਚਾ ਹੀ ਲਿਆਂਦਾ ਸੀਗਾ ਜੀ। ਠੀਕ ਹੈ ਜੀ। ਤਿੰਨ ਸਾਢੇ ਤਿੰਨ ਮਹੀਨਿਆਂ ਦਾ ਬੱਚਾ ਲਿਆਂਦਾ ਸੀਗਾ ਜੀ। ਤਿੰਨ ਸਾਢੇ ਤਿੰਨ ਮਹੀਨੇ ਦਾ ਬੱਚਾ। ਹਾਂਜੀ ਠੀਕ ਹੈ ਜੀ। ਸੋ ਇਹਦੀ ਮਾਂ ਦਾ ਕੋਈ ਰਿਕਾਰਡ ਆਪਾਂ ਨੂੰ ਪਤਾ ਹੁੰਦਾ? ਮਾਂ ਦਾ ਹਾਂਜੀ ਹਾਂਜੀ, ਉੱਥੇ ਜੀ ਦੁੱਧ ਚਵਾਈ ਹੁੰਦੀ ਸੀਗੀ, ਉਹਨਾਂ ਨੇ ਇਹਦੀ ਮਾਂ ਦਾ ਚਵਾਈ 'ਚ ਪਾਈ ਸੀਗੀ। 17 ਕਿਲੋ ਦਾ ਰਿਕਾਰਡ ਸੀਗਾ ਜੀ। 17 ਕਿਲੋ। ਹਾਂਜੀ ਠੀਕ ਹੈ। ਉੱਧਰ ਚਵਾਈ ਦੇ ਵਿੱਚ ਪਾਈ ਸੀਗੀ, ਹਰਿਆਣੇ ਦੇ ਵਿੱਚ ਪਾਈ, ਹਰਿਆਣੇ ਦੇ ਵੀ। ਠੀਕ ਹੈ। ਠੀਕ ਹੈ। ਅੱਛਾ ਸਰਪੰਚ, ਇਹ ਆਪ ਕਿਹੜੇ ਮਾਲੀ ਦਾ ਬੱਚਾ? M150 ਦਾ ਬੱਚਾ ਹੈ ਜੀ ਇਹ। M150 ਦਾ? ਹਾਂਜੀ। ਠੀਕ ਹੈ ਜੀ। HLDP ਦਾ? ਠੀਕ ਹੈ ਜੀ। HLDP ਦਾ ਦੋਸਤੋ, M150 ਦਾ ਜਿਹੜਾ ਇਹ ਆਪ ਮਾਲੀ ਆ, ਇੱਕ ਵਾਰੀ ਮਾਲੀ ਦੀ ਬਰੀਕੀ ਤੁਹਾਨੂੰ ਜ਼ਰੂਰ ਦਿਖਾਉਂਦੇ ਹਾਂ। ਠੀਕ ਆ, ਫੇਸ ਕੁਆਲਿਟੀ ਵੇਖੋ ਦੋਸਤੋ, ਸਿੰਘਾਂ ਦੀ ਬਣਤਰ ਵੇਖ ਸਕਦੇ ਜੀ। 3.5-3 ਸਾਲ ਦੀ ਜਿਹੜੀ ਉਮਰ ਇਸ ਮਾਲੀ ਦੀ ਆ, ਬਿਲਕੁਲ ਗੁਲਾਈ ਦੇ ਵਿੱਚ ਰਿੰਗ ਸਿੰਘ ਜਿਹੜਾ ਦੋਸਤੋ ਇਸ ਮਾਲੀ ਦਾ ਲੱਗਾ। ਫੇਸ ਕੁਆਲਿਟੀ ਬਹੁਤ ਸੋਹਣੀ ਆ। ਹਾਈਟ ਕੱਦ ਫੁੱਲ ਬੜਾ ਫੁੱਲ ਵੱਡੀ ਹਾਈਟ ਆ। ਜੇਕਰ ਆਪਾਂ ਗਰੋਥ ਦੀ ਗੱਲ ਕਰੀਏ ਤਾਂ ਦੋਸਤੋ, ਉਮਰ ਦੇ ਹਿਸਾਬ ਨਾਲ ਦੇਖੀਏ ਤਾਂ ਗਰੋਥ ਮਾਲੀ ਦੀ ਬਿਲਕੁਲ ਖੂਬਸੂਰਤ ਆ, ਕਾਬਲ ਤਾਰੀਫ ਆ, ਵੱਡੇ ਕੱਦਕੜ ਦੇ ਵਿੱਚ ਆ। ਅਤੇ M150 ਮੇਰਾ ਵੀਰ, ਜਿਹੜੇ ਨਸਲ ਬਰੀਡ ਦੇ ਉੱਪਰ ਕੰਮ ਕਰਦੇ ਉਹਨਾਂ ਨੂੰ ਪਤਾ ਲੱਗ ਜੂਗਾ, ਅਦਰਵਾਈਜ਼ ਤੁਸੀਂ ਜਿਹੜਾ ਦੋਸਤੋ ਨੈੱਟ ਦੇ ਉੱਪਰ ਜਾ ਕੇ ਵੀ ਇਸ ਦਾ ਫਾਦਰ ਜਿਹੜਾ ਚੈੱਕ ਕਰ ਸਕਦੇ ਜੀ। M150 ਦਾ ਇਹ ਆਪ ਬੱਚਾ। ਉੱਧਰ ਜਿਹੜਾ ਦੋਸਤੋ ਹਰਿਆਣੇ ਸਟੇਟ ਦੇ ਵਿੱਚ ਇਸ ਦੀ ਮਦਰ ਦੀ ਜਿਹੜੀ ਚਵਾਈ ਹੋਈ ਆ, ਉੱਧਰ ਮੇਲਿਆਂ ਦੇ ਵਿੱਚ ਕੋਈ 17 ਕਿਲੋ ਦੀ ਜਿਹੜੀ ਦੋਸਤੋ ਮਿਲਕਿੰਗ ਆ ਇਸ ਮਾਲੀ ਦੀ ਮਦਰ ਦੀ, ਉੱਧਰ ਹੋਈ ਆ। ਠੀਕ ਆ। ਸੋ ਬਾਕੀ ਪਹਿਲੇ ਸੂਬੇ ਦੀ, ਠੀਕ ਆ, ਇਹ ਪਹਿਲੇ ਸੂਬੇ ਦਾ ਬੱਚਾ ਸੀਗਾ, ਹੈ ਨਾ। ਠੀਕ ਆ। ਅਤੇ ਆਪਾਂ ਤਾਂ ਵੈਸੇ ਚਲੋ ਲੈ ਕੇ ਆਉਂਦਾ ਉੱਧਰੋਂ ਹੀ, ਅਤੇ ਬਾਕੀ ਮੂੰਹੋਂ ਦੰਦੋਂ ਭਾਅ ਜੀ ਸੁਖਦੇਵ ਜੀ ਕਿੰਨਾ? 4 ਦੰਦਾ ਜੀ ਮੂੰਹ ਚੌਗਾ। ਹਾਂਜੀ ਠੀਕ ਆ ਜੀ। ਠੀਕ ਆ। ਅੱਗੇ ਜੰਪ ਚੁੰਪ ਲਾਉਂਦਾ? ਜੰਪ ਲਾਉਂਦਾ ਜੀ। ਠੀਕ ਆ। ਬਣੀਆਂ ਝੋਟੀਆਂ ਆਪਣੇ ਘਰ ਦੀਆਂ ਹੈ ਜੀ, ਆਪਣੇ ਹਾਜ਼ਰਾ ਜੀ ਘਰੇ। ਠੀਕ ਆ ਜੀ। ਅਤੇ ਬਾਹਰ ਵੀ ਛੱਡਿਆ ਕਿਸੇ ਵੀਰ ਮੱਝਾਂ ਮੁੱਝਾਂ ਲੈ ਕੇ? ਮਾੜਾ ਮੋਟੀ ਜਾਣਾ ਜੀ। ਠੀਕ ਆ ਜੀ। ਠੀਕ ਆ। ਸੋ ਬਾਕੀ ਦੋਸਤੋ, ਘਰ ਦੀਆਂ ਕੁਝ ਝੋਟੀਆਂ ਜਿਹੜੀਆਂ ਬਣੀਆਂ ਨੇ, ਚੈੱਕ ਪਾਸ ਵਿੱਚ ਨੇ। ਅਤੇ ਜੰਪ ਲਾਉਣਾ ਵੀ ਕੋਈ ਸਟਾਰਟ ਕੀਤਾ ਹੋਊਗਾ ਕੋਈ 2-4 ਮਹੀਨਿਆਂ ਦਾ ਕਿ ਜ਼ਿਆਦਾ ਚਿਰ ਦਾ? ਕੋਈ ਸਾਲ ਕੀ ਹੋਇਆ ਸਟਾਰਟ ਹੋਏ ਨੂੰ? ਸਾਲ ਕੀ ਹੋਇਆ ਜਿਹੜਾ ਦੋਸਤੋ ਬਿਲਕੁਲ ਜੰਪ ਮਾਲੀ ਲਾਉਂਦਾ? ਠੀਕ ਆ। ਸਾਲ ਹੀ ਹੋਇਆ ਬਿਲਕੁਲ ਜੰਪ ਲਾਉਣ ਦੀ ਜਿਹੜੀ ਦੋਸਤੋ ਸ਼ੁਰੂਆਤ ਕੀਤੀ ਨੂੰ। ਸੋ ਪਿੱਠ ਪੁੜੇ ਤੋਂ ਤੁਸੀਂ ਆ ਦੇਖ ਸਕਦੇ ਜੇ, ਬਿਲਕੁਲ ਟੈਸਟੀਕਲ ਸ਼ੇਪ ਤੁਸੀਂ ਵੇਖ ਸਕਦੇ ਜੇ, ਬਿਲਕੁਲ ਸਟੇਟ ਟੈਸਟੀਕਲ। ਠੀਕ ਆ। ਸੋ ਇੱਕ ਵਾਰੀ ਖੋਲ੍ਹ ਕੇ ਆਪਾਂ ਤੋਰ ਕੇ ਜ਼ਰੂਰ ਦਿਖਾ ਦਈਏ ਜੀ। ਬਾਕੀ ਜਿਹੜਾ ਵੀਰ ਦੋਸਤੋ ਨਸਲ ਦੇ ਉੱਪਰ ਕੰਮ ਕਰਨਾ ਚਾਹੁੰਦਾ, ਮੋਹਰਾਂ ਦੀਆਂ ਮੱਝਾਂ ਜਿਨ੍ਹਾਂ ਦੇ ਵੀਰਾਂ ਦੇ ਕੋਲ ਹੈਗੀਆਂ ਨੇ, ਬਿਲਕੁਲ ਘਰੇ ਫਾਰਮ ਦੇ ਉੱਪਰ ਰੱਖਣਾ ਚਾਹੁੰਦੇ ਆ, ਉਹ ਵੀਰਾਂ ਨੂੰ ਪਹਿਲ ਉਹ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ। ਠੀਕ ਆ ਜੀ। ਅਤੇ ਮਦਰ ਦਾ ਮਿਲਕ ਵੀ ਚੰਗਾ ਦੋਸਤੋ, ਅਤੇ ਆਪ ਬਾਪ ਵਾਲੇ ਪਾਸਿਓਂ ਵੀ ਜਿਹੜਾ ਇਹ ਚੰਗਾ। ਅਤੇ M150 ਦਾ ਜਿਹੜਾ ਦੋਸਤੋ ਇਹ ਆਪ ਖੋਦ ਆ। ਠੀਕ ਆ। ਹਾਈਟ ਕੱਦ ਤੁਸੀਂ ਇੱਕ ਵਾਰੀ ਵੇਖ ਕੇ ਚੈੱਕ ਕਰੋ। ਬਹੁਤ ਚੰਗੀ ਜਿਹੜੀ ਦੋਸਤੋ ਸੇਵਾ ਸੰਭਾਲ ਦੇ ਵਿੱਚ ਇਹ ਮਾਲੀ ਰਿਹਾ। ਠੀਕ ਆ ਜੀ। ਕਾਫੀ ਭਾਅ ਜੀ ਸੁਖਦੇਵ ਸਿੰਘ ਹੋਣਾਂ ਦੀ ਗੱਲ ਕਰ ਲਈਏ ਤਾਂ ਬਹੁਤ ਸੇਵਾ ਜਿਹੜੀ ਦੋਸਤੋ ਝਲਕ ਮਾਰਦੀ ਪਈ ਆ, ਕਿਉਂਕਿ ਦੋਸਤੋ ਇੱਕ ਬਿਲਕੁਲ ਐਡਾ ਵੱਡਾ ਮਾਲੀ, ਐਡੇ ਵੱਡੇ ਖੁੱਲ੍ਹੇ ਸਟਰਕਚਰ ਦਾ ਮਾਲੀ ਤਿਆਰ ਕਰਨਾ ਦੋਸਤੋ ਚੰਗੀ ਖਾਸੀ ਜਿਹੜੀ ਮਿਹਨਤ ਲੱਗਦੀ ਆ। ਠੀਕ ਆ। ਅਤੇ ਫੁੱਲ ਬੜਾ ਫੁੱਲ ਹਾਈਟ ਆ ਇਹ ਮੇਰਾ ਵੀਰ, ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। ਬਹੁਤ ਪਲਿਆ ਮਾਲੀ ਆ, ਚੰਗਾ ਸਵਿਆ ਵਾ। ਅਤੇ ਇੱਕ ਵਾਰੀ ਤੁਹਾਨੂੰ ਗੋ ਬਿਲਕੁਲ ਆਲ ਅਰਾਊਂਡ ਤੋਂ ਆਪਾਂ ਇੱਕ ਵਾਰੀ ਤਸੱਲੀ ਨਾਲ ਜ਼ਰੂਰ ਦਿਖਾਉਂਦੇ ਹਾਂ। ਆਹ ਕਰੋ ਚੈੱਕ ਜੀ। ਠੀਕ ਆ ਜੀ। ਅੱਛਾ ਭਾਅ ਜੀ ਸੁਖਦੇਵ ਸਿੰਘ ਜੀ, ਕੀ ਇਹਦੀ ਡਾਇਟ ਕੀ ਹੈਗੀ ਆ? ਫੀਕ ਸਾਡੇ ਪਾਸ ਖਲ ਪਾਉਣੇ ਆ ਜੀ, ਚੂਰੀ ਆ, ਖਲ ਅਤੇ ਚੂਰੀ ਕਰੇ ਬਣੇ ਦੀ ਖਲ ਹੋ ਗਈ। ਹਾਂਜੀ, ਬਣੇ ਵਾਰੀ ਖਲ ਆ, ਛੋਲਿਆਂ ਦੀ ਚੂਰੀ, ਛਿਲਕਾ,
ਹੋਰ ਕਿਸੇ ਤਰ੍ਹਾਂ ਦੀ ਜਿਵੇਂ ਆਪਣੀ ਰੈਡੀਮੇਡ ਦੀ ਫੀਡ ਨਹੀਂ ਪਾਉਂਦੀ ਆਪਦੇ ਘਰ ਰੈਡੀਮੇਡ ਪਹਿਲਾਂ ਬਚਪਨ ਤੋਂ ਕਾਫ ਸਟਾਰਟਰ ਹਾਂਜੀ ਹਾਂਜੀ ਬਸ ਇਹ ਪਾਈ ਹੈ ਜੀ ਪਹਿਲਾਂ ਬਚਪਨ ਦੁੱਧ ਵੀ ਫਿਰ ਸਟਾਰਟਿੰਗ ਤੋਂ ਦੁੱਧ ਸਟਾਰਟਿੰਗ ਤੋਂ ਪਿਆ ਜੀ ਖੂਬ ਪਿਆ ਦੁੱਧ ਵਾਧੂ ਠੀਕ ਹੈ ਜੀ ਤੇ ਉਹਦੇ ਰਹੇ ਜੀ ਨੂੰ ਜ਼ਿਆਦਾ ਪਰ ਇਹ ਕਿਉਂਕਿ ਬੱਚਾ ਲਿਆਂਦਾ ਸੀ ਇੱਥੇ ਪਿਆ ਹੀ ਹੈ ਜੀ ਇਹਨਾਂ ਨੂੰ ਭਾਂਡੇ ਬਿਲਕੁਲ ਜੀ ਅਤੇ ਆਪਣੀ ਦੋਸਤੋ 2 ਤੋਂ 4 ਇੰਚ ਜਿਹੜੀ ਆ ਬਿਲਕੁਲ ਮੋਹਰਾਂ ਦੇ ਵਿੱਚ ਹੈ ਪਾਸ ਓਨੀ ਕੁ ਜਿਹੜੀ ਦੋਸਤੋ ਵਾਈਟ ਤੁਹਾਨੂੰ ਇਸ ਮਾਲੀ ਦੀ ਪੂਛ ਨਜ਼ਰ ਆਊਗੀ ਠੀਕ ਹੈ ਕੋਈ 2 ਤੋਂ 3 ਜਾਂ 4 ਇੰਚ ਜਿਹੜੀ ਠੀਕ ਹੈ ਸੋ ਚੌੜੇ ਪਿੱਠ ਪੂਰੇ ਦੇ ਵਿੱਚ ਸੋ ਫੁੱਲ ਖੁੱਲ੍ਹੀ ਬਾਡੀ ਬਣਤਰ ਦਾ ਜਿਹੜਾ ਦੋਸਤੋ ਇਹ ਮਾਲੀ ਆ ਠੀਕ ਹੈ ਹਾਂਜੀ ਭਾਜੀ ਸਕਦੇ ਹੋ ਜੀ ਥੋੜ੍ਹਾ ਗੇੜਾ ਕਰਾ ਦਈਏ ਕੋਈ ਮੋੜ ਦੋ ਜੀ ਸੋ ਹਾਈਟ ਕਾ ਤਾਂ ਦੋਸਤੋ ਐਕਸਟਰਾ ਆਰਡਨਰੀ ਬਹੁਤ ਸੋਹਣੀ ਹਾਈਟ ਆ ਅਜੇ ਬਿਲਕੁਲ ਜਵਾਨ ਹੋਣਾ ਮਾਲੀ ਨੇ ਦੋਸਤੋ ਬਿਲਕੁਲ ਕੰਨੀ ਵਾਲੇ ਦੰਦ ਜਦੋਂ ਤੱਕ ਬਰਾਬਰ ਨਹੀਂ ਕਰਦਾ ਹਾਈਟ ਕੱਦ ਅਤੇ ਮਾਲੀ ਨੇ ਭਰਨਾ ਪੂਰਾ ਹੈ ਠੀਕ ਹੈ ਜੀ ਸੋ ਵੱਡਾ ਵੀ ਮਾਲੀ ਹੋਊਗਾ ਹਾਈਟ ਵੀ ਪੂਰੀ ਹਜੇ ਕਰਨੀ ਆ ਮਾਲੀ ਨੇ ਭਰਨਾ ਵੀ ਪੂਰਾ ਸੋ ਉਸ ਅਕੋਰਡਿੰਗ ਤੁਸੀਂ ਇੱਕ ਜੱਜਮੈਂਟ ਕਰ ਸਕਦੇ ਜੀ ਠੀਕ ਹੈ ਜੀ ਮੂੰਹੋਂ ਚਾਰਦਾਂ ਦਾ ਕੋਈ ਵੀਰ ਆਪਦੀ ਤਸੱਲੀ ਕਰਨ ਘਰ ਆਣ ਕੇ ਜਿਹੜੀ ਦੋਸਤੋ ਤੁਸੀਂ ਤਸੱਲੀ ਕਰ ਸਕਦੇ ਜੀ ਅਤੇ ਖਾਸ ਵਿਜ਼ਿਟ ਤੁਸੀਂ ਪਿੰਡ ਡਗਰੂ ਕਰਨੀ ਆ ਠੀਕ ਆ ਠੀਕ ਆ ਅੱਛਾ ਭਾਅ ਜੀ ਸੁਖਦੇਵ ਸਿੰਘ ਜੀ ਕਿੰਨੀ ਕੀਮਤ ਕੀ ਡਿਮਾਂਡ ਕਰਦੇ ਪਏ ਜੀ 1,20,000 ਰੁਪਇਆ ਡਿਮਾਂਡ ਆ ਜੀ ਆਪਣੀ 1,20,000 ਹਾਂਜੀ ਠੀਕ ਹੈ ਜੀ 1,20,000 ਦੋਸਤੋ ਡਿਮਾਂਡ ਆ ਇਹਦੀ ਲੈਣ ਦੇਣ ਜਿਹੜਾ 1,20,000 ਆ ਠੀਕ ਆ ਅਤੇ ਨੰਬਰ ਆਪਣੇ ਜ਼ਰੂਰ ਬੋਲ ਦਈਏ ਜੀ ਮੋਬਾਈਲ ਨੰਬਰ 98036 94 336 ਠੀਕ ਹੈ ਜੀ 98036 94 336 ਠੀਕ ਹੈ ਜੀ ਠੀਕ ਹੈ ਇਹ ਨੰਬਰ ਜਿਹੜੇ ਦੋਸਤੋ ਬਿਲਕੁਲ ਸਕਰੀਨ ਦੇ ਉੱਤੇ ਆਪਾਂ ਚੱਲਦੇ ਕਰ ਦੇਣੇ ਆ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੀ ਸੋ ਬਾਈ ਸੁਖਦੇਵ ਸਿੰਘ ਹੋਣਾ ਦੇ ਚਾਚਾ ਜੀ ਦਾ ਲੜਕਾ ਚੈਨਲ ਆ ਵੀਰ ਦਾ ਯੂਟਿਊਬ 'ਤੇ ਚੈਨਲ ਆ ਕੋਈ 500 ਸਬਸਕ੍ਰਾਈਬਰ ਆ ਵੀਰ ਦੇ ਐਗਰੀਕਲਚਰ ਦੇ ਨਾਲ ਰਿਲੇਟਡ ਜਿਹੜਾ ਦੋਸਤੋ ਚੈਨਲ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਂਦੇ ਹਾਂ ਵੀ ਉਸ ਚੈਨਲ ਦੇ ਉੱਪਰ ਕਿਹੋ ਜਿਹਾ ਵੀਰ ਕੰਮ ਕਰਦਾ ਕੀ ਵਰਕ ਕਰਦਾ ਕਿਹੋ ਜਿਹੀ ਅਪਡੇਟ ਦਿੰਦਾ ਉਹ ਵੀਰ ਤੋਂ ਆਪਾਂ ਪੁੱਛ ਲੈਂਦੇ ਹਾਂ ਪੂਰੀ ਗੱਲਬਾਤ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਠੀਕ ਹੈ ਵਧੀਆ ਜੀ ਅੱਛਾ ਚੈਨਲ ਦਾ ਨਾਮ ਦੱਸ ਰਹੇ ਸੀ ਵੀਰ ਜੀ ਜ਼ਰੂਰ ਮੈਂਸ਼ਨ ਕਰੋ ਚੈਨਲ ਦਾ ਨਾਮ ਸ਼ੈਰੀ ਬਰਾੜ ਚੈਨਲ ਹਾਂਜੀ ਤੇ ਆਪਾਂ ਖੇਤੀਬਾੜੀ ਐਗਰੀਕਲਚਰ ਜਿਵੇਂ ਜਿਹੜੀਆਂ ਵੀਡੀਓ ਪਾਈ ਜਾਂਦੀ ਜਾਂ ਕੋਈ ਹੋਰ ਜਿਵੇਂ ਮੱਕੀ ਦਾ ਚਾਰ ਪਾਈਆਂ ਪਾਉਂਦੀਆਂ ਮਸ਼ੀਨਾਂ ਜੀ ਉਹਦੀ ਹਾਂਜੀ ਜਾਂ ਕੋਈ ਹੋਰ ਖੇਤੀਬਾੜੀ ਜਿਵੇਂ ਕਣਕ ਕੁਣਕ ਵਗੈਰਾ ਦੀਆਂ ਸਾਰਾ ਖੇਤੀਬਾੜੀ ਐਗਰੀਕਲਚਰ ਦੀਆਂ ਪਾਈ ਦੀ ਵੀਡੀਓ ਜੀ ਠੀਕ ਹੈ ਜਿਵੇਂ ਕਿ ਹੋਰ ਵੀ ਪਾ ਦਿੰਦੇ ਹਾਂ ਤੇ ਜੇ ਕੋਈ ਹੋਰ ਕਹਿ ਦੇਵੇ ਉਹਦੀ ਵੀ ਪਾ ਦੀ ਵੀਡੀਓ ਜੀ ਮਤਲਬ ਕਿ ਬਿਜਾਈ ਤੋਂ ਲੈ ਕੇ ਵਹਾਈ ਬਿਜਾਈ ਸਾਰਾ ਕੁਝ ਜੋ ਵੀ ਦੱਸਿਆ ਜਾਂਦਾ ਹਾਂਜੀ ਸਾਰਾ ਕੁਝ ਬੀਜ ਮੰਨ ਲਓ ਮੱਕੀ ਦਾ ਕਿਹੜਾ ਪਾਈਨਰ ਦੇ ਬੀਜ ਕਿਹੜਾ ਕਈ ਤਰ੍ਹਾਂ ਸਾਈਲੇਜ ਜਦੋਂ ਬਿਜਾਈ ਕਰਦੇ ਉਹਨਾਂ ਬੀਜਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹਾਂਜੀ ਹਾਂਜੀ ਬੀਜਾਂ ਬਾਰੇ ਜਿਵੇਂ ਬਾਅਦ ਚ ਸਾਰਾ ਕੁਝ ਮਸ਼ੀਨ ਵੱਢਦੀ ਕਣਕ ਬੀਜ ਕਿਹੜਾ ਵਗੈਰਾ ਸਾਰਾ ਕੁਝ ਦੱਸ ਦੇ ਠੀਕ ਹੈ ਜੀ ਠੀਕ ਆ ਹਾਂਜੀ ਵਲੌਗਿੰਗ ਵੀ ਹੋਗੀ ਨਾਲ ਹਾਂਜੀ ਵਲੌਗ ਵੀ ਕਰਦੇ ਹਾਂਜੀ ਹਾਂਜੀ ਤੇ ਇੱਕ ਵਾਰੀ ਫੇਰ ਬੋਲ ਦਿਓ ਆਪਣੇ ਚੈਨਲ ਦਾ ਨਾਮ ਸ਼ੈਰੀ ਬਰਾੜ ਚੈਨਲ ਜੀ ਸ਼ੈਰੀ ਬਰਾੜ ਹਾਂਜੀ ਲਓ ਵੀ ਦੋਸਤੋ ਸ਼ੈਰੀ ਬਰਾੜ ਵੀਰ ਦਾ ਚੈਨਲ ਆ ਉਹਦੇ ਵਿੱਚ ਦੋਸਤੋ ਪੂਰੀ ਜਿਹੜੀ ਜਾਣਕਾਰੀ ਆ ਐਗਰੀਕਲਚਰ ਦੇ ਨਾਲ ਰਿਲੇਟਡ ਫਸਲਾਂ ਨੂੰ ਲੈ ਕੇ ਬੀਜਾਂ ਨੂੰ ਲੈ ਕੇ ਜਿੱਦਾਂ ਬਿਲਕੁਲ ਅੱਗੇ ਸਾਈਲੇਜ ਜਿਹੜਾ ਦੋਸਤੋ ਸਾਈਲੇਜ ਦੀ ਬਿਜਾਈ ਹੋਣੀ ਆ ਠੀਕ ਆ ਜੀ ਮੱਕੀ ਦਾ ਚਾਰ ਪੈਂਦਾ ਉਹ ਵੀ ਪੂਰੀ ਜਿਹੜੀ ਦੋਸਤੋ ਡਿਟੇਲ ਵੀਰ ਦੱਸਦਾ ਅਤੇ ਸ਼ੈਰੀ ਬਰਾੜ ਦੇ ਨਾਮ ਨਾਲ ਵੀਰ ਦਾ ਚੈਨਲ ਆ ਯੂਟਿਊਬ ਦੇ ਉੱਪਰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਕਰ ਦਿਆ ਕਰੋ ਕਈ ਜਿਹੜੀਆਂ ਪੋਸਟਾਂ ਪਾਈਆਂ ਉਹਨੂੰ ਸ਼ੇਅਰ ਕਰ ਦਿਓ ਤਾਂ ਜੋ ਦੋਸਤੋ ਅੱਗੇ ਹੋਰ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਆ ਵੀਰ ਦੀ ਵੀਡੀਓ ਪਹੁੰਚ ਸਕੇ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ